ਪਿੱਛੇ ਆ ਜਾਓ, ਪਿੱਛੇ ਆ ਜਾਓ। ਉਹਦੇ ਤਹਿਤ ਤੁਹਾਨੂੰ ਯਾਦ ਹੋਣਾ ਕਿ 21-22 ਦੀ ਰਾਤ ਨੂੰ ਅਤੇ ਸੁਬਾਹ ਨੂੰ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਇਹ ਗਨ ਹਾਊਸ ਦੇ ਵਿੱਚ ਚੋਰੀ ਹੋ ਗਈ ਸੀ। ਬੜਾ ਸੈਂਸੇਸ਼ਨਲ ਕੇਸ ਸੀ ਔਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਇਹ ਕਹਿ ਰਹੇ ਸੀ ਬਾਰ ਬਾਰ ਵੀ ਦੇਖੋ ਜੀ ਇਹਦੇ 'ਚ ਕੋਈ ਕਲੂ ਨਹੀਂ ਹੈ, ਇਹਦੇ 'ਚ ਉਹ ਨਹੀਂ ਹੈ। ਉਹ ਆਪਣੀ ਜਗ੍ਹਾ ਠੀਕ ਸੀਗੇ, ਬਟ ਸਾਡਾ ਮੇਨ ਪ੍ਰੋਬਲਮ ਇਹ ਹੁੰਦੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਦਾ ਜੇ ਆਪਣੀ ਰਿਵੀਲ ਕਰ ਦਈਏ ਤਾਂ ਸਾਡੀ ਇਨਵੈਸਟੀਗੇਸ਼ਨ ਉੱਥੇ ਠੱਪ ਹੋ ਜਾਂਦੀ ਹੈ, ਗੱਲ ਮੁਲਜ਼ਮਾਂ ਤੱਕ ਪਹੁੰਚ ਜਾਂਦੀ ਹੈ। ਸੋ ਬਹੁਤ ਵੱਡੀ ਮੈਂ ਇਹਨੂੰ ਕਾਮਯਾਬੀ ਮੰਨਦਾ। ਇਹ ਬੜਾ ਸੈਂਸਿਟਿਵ ਅਤੇ ਸੈਂਸੇਸ਼ਨਲ ਕੇਸ ਸੀਗਾ। 12 ਵੈਪਨ ਚੋਰੀ ਹੋਏ ਸੀ ਇਹਦੇ 'ਚ, ਜਿਹਦੇ 'ਚ 0.12 ਬੋਰ ਦੀਆਂ ਜ਼ਿਆਦਾ ਗਨ ਸੀ, ਕੁਛ ਪੰਪ ਐਕਸ਼ਨ ਹੈ ਅਤੇ ਕੁਛ ਡਬਲ ਬੈਰਲ ਹੈਗੀਆਂ, ਨਾਲ ਕਾਰਤੂਸ ਸੀਗੇ ਔਰ ਕੁਛ ਕੈਸ਼ ਉੱਥੋਂ ਗਨ ਹਾਊਸ ਤੋਂ ਜਿਹੜਾ ਚੋਰੀ ਹੋਇਆ ਸੀਗਾ। ਇਹ 'ਚ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਸਾਡੇ ਸਪੈਸ਼ਲ ਟੀਮਾਂ ਬਣਾਈਆਂ ਗਈਆਂ, ਕਾਫੀ ਜ਼ਿਆਦਾ ਟੀਮਾਂ ਅਸੀਂ ਇਹਦੇ 'ਤੇ ਬਣਾਈਆਂ ਔਰ ਵਾਰ ਵਾਰ ਇਸ ਕੇਸ ਨੂੰ ਅਸੀਂ ਫੋਲੋ ਕੀਤਾ। ਇਹ ਕੇਸ ਦੇ ਵਿੱਚ ਟਿਪੀਕਲ ਗੱਲ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਨ ਵਾਲੀ ਇਹ ਹੈ ਕਿ ਬੰਦੇ ਜੇਲ੍ਹ 'ਚ ਰਹਿ ਕੇ ਕਿੰਨੇ ਟ੍ਰੇਨਡ ਹੋ ਜਾਂਦੇ ਆ, ਤਾਂ ਹੀ ਆਪਾਂ ਕੁਛ ਕਰਦੇ ਹਾਂ ਕਿ ਇਨਵੈਸਟੀਗੇਸ਼ਨ ਦਾ ਪਾਰਟ ਜਿਹੜਾ ਉਹ ਬਹੁਤਾ ਆਪਾਂ ਪਬਲਿਕ ਵਿਊ 'ਚ ਨਾ ਲੈ ਕੇ ਆਈਏ। ਹੁਣ ਕਿ ਸਾਰੇ ਵਾਰਦਾਤ ਦੇ ਦੌਰਾਨ ਇਹਨਾਂ ਨੇ ਆਪਣੇ ਮੂੰਹ ਢੱਕੇ ਹੋਏ ਸੀਗੇ, ਗਲਵਸ ਪਾਏ ਹੋਏ ਸੀ ਔਰ ਇਹ ਗੱਲ ਦਾ ਧਿਆਨ ਰੱਖਿਆ ਗਿਆ ਕਿ CCTV ਦੇ ਵਿੱਚ ਉਹ ਕਵਰ ਨਾ ਹੋਣ। ਸੋ ਜੋ ਮੁੱਢਲੀ ਪੁੱਛਗਿੱਛ ਤੋਂ ਇਹਨਾਂ ਦਾ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਇਹਦੀ ਔਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਰੂਟ ਬਣਾਇਆ ਮਨ ਦੇ ਵਿੱਚ, ਰੇਲਵੇ ਟਰੈਕ ਦੇ ਉੱਤੇ ਹੀ ਚੱਲਦੇ ਰਹੇ ਬੰਦੇ, ਸੋ ਦੈਟ CCTV ਜਿਹੜੇ ਅਵੋਇਡ ਹੋ ਜਾਣ ਔਰ ਜਾ ਕੇ ਜਿੱਥੇ ਇਹਨਾਂ ਨੂੰ ਲੱਗਿਆ ਕਿ ਇੱਥੇ ਨਹੀਂ ਹੈ ਉੱਥੇ ਇਹਨਾਂ ਨੇ ਡੰਪ ਕਰਕੇ ਵੈਪਨ ਆਪ ਹੋਰ ਇੱਕ ਵਹੀਕਲ ਦੇ ਉੱਤੇ ਚੜ੍ਹ ਕੇ ਜਿਹੜੀ ਪਬਲਿਕ ਟਰਾਂਸਪੋਰਟ ਤੋਂ ਉੱਥੋਂ ਨਿਕਲ ਗਏ, ਸੋ ਦੈਟ ਪੁਲਿਸ ਡਿਟੈਕਟ ਹੀ ਨਾ ਕਰ ਸਕੇ। ਔਰ ਬੜਾ ਡਿਫੀਕਲਟ ਕੇਸ ਸੀਗਾ, ਇਹਨੂੰ ਵਾਰ ਵਾਰ ਇਹਦੇ ਉੱਤੇ ਇਨਵੈਸਟੀਗੇਸ਼ਨ ਨੂੰ ਅਸੀਂ ਹਰ ਐਂਗਲ ਤੋਂ ਹਰ ਪਹਿਲੂ ਤੋਂ ਦੇਖਿਆ ਔਰ ਜਿਹੜੀ ਟ੍ਰੈਡੀਸ਼ਨਲ ਪੁਲਿਸਿੰਗ ਹੈ, ਪੁਰਾਣੀ ਪੁਲਿਸਿੰਗ ਦਾ ਜਿਹੜੇ ਢੰਗ ਸੀ ਇਨਵੈਸਟੀਗੇਸ਼ਨ ਦੇ, ਉਹ ਵੀ ਸਾਰੇ ਨਾਲ ਅਸੀਂ ਯੂਜ਼ ਕੀਤੇ। ਉਹਦੇ 'ਚ ਮੌਕਾ ਵਾਰਦਾਤ ਤੋਂ ਜਿੰਨੇ ਵੀ ਸਾਨੂੰ ਕਲੂ ਮਿਲੇ ਸੀ, ਚਾਹੇ ਉਹ ਬਲੱਡ ਹੈ ਚਾਹੇ ਉਹ ਕੋਈ ਔਜ਼ਾਰ ਨੇ, ਉਹਨਾਂ ਨੂੰ ਵੀ ਅਸੀਂ ਕਦੇ ਨਜ਼ਰਅੰਦਾਜ਼ ਨਹੀਂ ਕੀਤਾ। ਉਹਦੇ 'ਚ ਸਾਰੀ ਜਦੋਂ ਇਹ ਕੜੀ ਜੋੜੀ, ਜਿੱਦਾਂ ਆਪਾਂ ਛੋਟੀ ਛੋਟੀਆਂ ਚੀਜ਼ਾਂ ਨਾਲ ਕੜੀ ਜੋੜ ਕੇ ਇੱਕ ਪਿਕਚਰ ਤਿਆਰ ਕਰਦੇ ਹਾਂ, ਉੱਦਾਂ ਤਿਆਰ ਕੀਤੀ। ਉਹਦੇ 'ਚ ਫਿਰ ਅਸੀਂ ਬੰਦੇ ਦੋਨੇ ਆਈਡੈਂਟੀਫਾਈ ਕਰਨ 'ਚ ਕਾਮਯਾਬ ਹੋਏ ਹਾਂ ਔਰ ਤਕਰੀਬਨ ਅੱਜ 15 ਦਿਨ ਦੇ ਕਰੀਬ ਟਾਈਮ ਹੋ ਚੁੱਕਿਆ। ਇਹ ਕਿਉਂਕਿ ਪੈਸੇ ਵੀ ਮਿਲ ਗਏ ਅਤੇ ਵਾਰਦਾਤ ਵੀ ਵੱਡੀ ਸੀਗੀ, ਵੈਪਨ ਡੰਪ ਕਰਕੇ ਇੱਥੋਂ ਚੰਡੀਗੜ੍ਹ ਚਲੇ ਗਏ, ਚੰਡੀਗੜ੍ਹ ਤੋਂ ਬਾਅਦ ਪਾਣੀਪਤ, ਦਿੱਲੀ, UP, ਆਗਰਾ ਘੁੰਮਦੇ ਘੁੰਮਦੇ ਰਹੇ, ਐਲੈਂਟੇ ਮੌਲ ਚੰਡੀਗੜ੍ਹ ਤੋਂ ਸ਼ੋਪਿੰਗ ਵੀ ਕੀਤੀ, ਜੋ ਇਹਨਾਂ ਦੇ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ। ਇਹਨਾਂ ਨੂੰ ਲੱਗਿਆ ਕਿ ਇੱਥੇ ਜਦੋਂ ਪ੍ਰੈਸ਼ਰ ਘੱਟ ਜਾਏਗਾ ਫਿਰ ਕਰਾਂਗੇ, ਪਰ ਜਿਹੜੀ ਸਾਡੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਔਰ ਸਾਡੇ ਜਿਹੜੇ ਸਾਰੇ ਬਿਹਤਰੀਨ ਔਫਿਸਰਸ ਨੇ, ਅਸੀਂ ਬਿਲਕੁਲ ਦਿਨ ਰਾਤ ਇੱਕ ਕੀਤਾ ਰੱਖਿਆ ਔਰ ਸੁੱਤੇ ਵੀ ਨਹੀਂ ਕਈ ਔਫਿਸਰ ਵਿੱਚੋਂ, ਔਰ ਉੱਥੇ ਉਹਨੂੰ ਅਸੀਂ ਟਰੈਕ ਕਰਦੇ ਰਹੇ ਉਹਨਾਂ ਸਟੇਟਸ ਦੇ ਵਿੱਚ ਵੀ। ਅਲਟੀਮੇਟਲੀ ਜਦੋਂ ਅੰਮ੍ਰਿਤਸਰ ਆਏ ਤਾਂ ਮਕਬੂਲਪੁਰ ਏਰੀਆ 'ਚੋਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ।
ਔਰ ਮੈਂ ਇਹਦੇ 'ਚ ਜਿਹੜੀ ਰਿਕਵਰੀ ਹੈ ਉਹ ਹੈਗੀਆਂ ਟੋਟਲ ਡਬਲ ਬੈਰਲ ਗਨਸ ਹੈਗੀਆਂ 9, ਜਿਹਨੂੰ 12 ਬੋਰ ਦੁਨਾਲੀ ਕਹਿੰਦੇ ਹਾਂ ਆਪਾਂ ਪੰਜਾਬੀ 'ਚ। ਪੰਪ ਐਕਸ਼ਨ ਹੈਗੀਆਂ 3, ਪੰਪ ਐਕਸ਼ਨ ਹੁੰਦੀਆਂ ਜਿਹ 'ਚ 5-6 ਰੌਂਦ ਇਕੱਠੇ ਪੈ ਜਾਂਦੇ ਔਰ ਉਹਨੂੰ ਪੰਪ ਕਰਕੇ ਇੱਕ ਸੈਮੀ ਆਟੋਮੈਟਿਕ ਟਾਈਪ 12 ਬੋਰ ਹੁੰਦੀ ਆ ਉਹ। ਕਾਰਤੂਸ ਅਤੇ ਪਟਾ 21 ਔਰ ਇੱਕ ਕਿਰਚ ਜਿਹੜੀ ਹੈ ਇਹ ਵੀ ਮਿਲੀ ਹੈ, ਇਹਨਾਂ ਤੋਂ ਨਕਦੀ ਕੁਛ ਮਿਲੀ ਹੈ, ਬਾਕੀ ਤਾਂ ਇਹ ਖਰਚ ਚੁੱਕੇ ਸੀ। ਔਰ ਉਹਨੇ ਕੁਛ ਸੋਨੇ ਦੀਆਂ ਆਪਣੀਆਂ ਨੱਤੀਆਂ ਵਗੈਰਾ ਬਣਵਾ ਲਈਆਂ ਸੀ, ਉਹ ਵੀ ਬਰਾਮਦ ਕੀਤੀਆਂ। ਔਰ ਇਹਦੇ 'ਚ ਇੱਕ ਹੋਰ ਇੰਟਰਸਟਿੰਗ ਗੱਲ ਆਈ ਹੈ ਕਿ ਚਲੋ ਜਿਹੜਾ ਇਹ ਵੈਪਨ ਤਾਂ ਇਹਨਾਂ ਨੇ ਸੋਚਿਆ ਸੀ ਕਿ ਬਹੁਤ ਕ੍ਰਿਮੀਨਲ ਵਰਲਡ ਦੇ ਵਿੱਚ ਅਸੀਂ ਚੰਗੇ ਭਾਅ ਦੇ ਉੱਤੇ ਵੇਚਾਂਗੇ, ਉਹ ਤਾਂ ਚਲੋ ਡਿਫਰੈਂਟ ਗੱਲ ਆ। ਜੇ ਇਹਨਾਂ ਦਾ ਕਿਸੇ ਕਨੈਕਸ਼ਨ ਉਹ ਅਸੀਂ ਇਨਵੈਸਟੀਗੇਟ ਕਰਨਾ ਬਾਕੀ ਹੈ, ਕਿਉਂਕਿ ਬੜੀ ਜਲਦੀ ਹੋਣੀ, ਗ੍ਰਿਫਤਾਰੀ ਤੋਂ ਬਾਅਦ ਪ੍ਰੈਸ ਕਾਨਫਰੰਸ ਹੋ ਰਹੀ ਹੈ। ਇੱਕ ਗੱਲ ਹੋਰ ਵੀ ਆਈ, ਜਿਹੜੇ 2 ਮੁਲਜ਼ਮ ਨੇ, ਇੱਕ ਅਜੀਤ ਏਲੀਅਸ ਗੋਲੂ, ਇਹ ਥਾਣਾ ਬੇਗਾਪੁਰ ਉਨਾਉ ਡਿਸਟ੍ਰਿਕਟ ਯੂਪੀ ਦਾ ਰਹਿਣ ਵਾਲਾ, 8ਵੀਂ ਪਾਸ ਹੈ, ਤਕਰੀਬਨ 19 ਸਾਲ ਦਾ ਹੈਗਾ, ਢਲਾਈ ਦਾ ਕੰਮ ਕਰ ਰਿਹਾ ਇੱਥੇ ਰਹਿ ਕੇ ਆਪਣੇ ਸੁਲਤਾਨਵਿੰਡ ਰੋਡ 'ਤੇ। ਔਰ ਮਨਦੀਪ ਕੁਮਾਰ ਥਾਣਾ ਘਰਿੰਡਾ ਦਾ ਰਹਿਣ ਵਾਲਾ, ਇਹ 20 ਸਾਲ ਦਾ ਹੈ ਅਤੇ 10ਵੀਂ ਪਾਸ ਹੈ, ਵੈਲਡਿੰਗ ਦਾ ਕੰਮ ਕਰ ਰਿਹਾ। ਇਹ ਦੋਨੋਂ ਬੰਦਿਆਂ ਨੇ ਇੱਕ ਗਿਣੀ ਮਿੱਥੀ ਸਾਜਿਸ਼ ਨਾਲ ਇਹ ਕੰਮ ਕੀਤਾ। ਔਰ ਜਿਹੜਾ ਅਜੀਤ ਏਲੀਅਸ ਗੋਲੂ ਹੈ, ਇਹਨੇ ਇੱਕ ਇਹਦੀ ਕਿਸੇ ਲੜਕੀ ਨਾਲ ਗੱਲਬਾਤ ਸੀ, ਉਹਨੇ ਮੁੜ ਕੇ ਇਹ ਤੋਂ ਕੁਛ ਪੈਸੇ ਪੂਸੇ ਲਏ ਔਰ ਮੁੜ ਕੇ ਇਹਦਾ ਨੰਬਰ ਵਗੈਰਾ ਬਲੌਕ ਕਰਤਾ। ਇਹਦੇ ਮਨ 'ਚ ਇੱਕ ਇਹ ਵੀ ਗੱਲ ਆਈ ਵੀ ਹੁਣ ਮੇਰੇ ਕੋਲ ਇੰਨੇ ਵੈਪਨ ਨੇ ਅਤੇ ਉਹ ਪਾਣੀਪਤ ਦੀ ਰਹਿਣ ਵਾਲੀ ਸੀ ਲੜਕੀ, ਵੀ ਉਹਦਾ ਵੀ ਮੈਂ ਕੰਮ ਕਰਾਂ। ਅਜੀਤ ਗੋਲੂ ਦਾ ਜਿਹੜਾ ਬੈਕਗਰਾਊਂਡ ਹੈ ਉਹ ਮੁਕੱਦਮਾ ਨੰਬਰ 343 ਹੈਗਾ, ਉਦੋਂ ਵੀ ਚੋਰੀ ਅਤੇ ਮਾਲ ਇੱਧਰ ਉੱਧਰ ਖੁਰਦ ਬੁਰਦ ਕਰਨ ਦਾ, ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰ ਦਾ ਹੈ। ਦਸੰਬਰ 'ਚ ਜਮਾਨਤ 'ਤੇ ਆ ਗਿਆ ਕਿਉਂਕਿ ਚੋਰੀ ਦੀ ਸੈਕਸ਼ਨ ਸੀਗੀ, ਕੋਈ ਜਲਦੀ ਜਮਾਨਤ ਹੋ ਗਈ ਇਹਦੀ। ਪਰ ਸਾਨੂੰ ਇਹ ਡਾਊਟ ਹੈ ਕਿ ਇਹਦੇ 'ਚ ਸਾਨੂੰ ਹੋਰ ਵੀ ਖੁਲਾਸੇ ਹੋਣਗੇ, ਕਿਉਂਕਿ ਐਡੀ ਵੱਡੀ ਵਾਰਦਾਤ ਔਰ ਇੰਨੇ ਵੱਡੇ ਵੈਪਨ ਲੈਣ ਦਾ ਮੰਤਵ ਇੰਨਾ ਈਜ਼ੀ ਨਹੀਂ ਹੋ ਸਕਦਾ। ਔਰ ਇਹਦੇ ਕੋਈ ਹੋਰ ਇਹਨਾਂ ਦੇ ਕਿਸੇ ਗੈਂਗਸਟਰ ਐਂਗਲ ਤੋਂ ਜਾਂ ਹਾਂਜੀ, ਮੈਂ ਤੁਹਾਨੂੰ ਦੱਸਦਾ ਜੀ, ਪਹਿਲਾਂ ਇਹ ਮੰਦਰ ਦੇ ਬਾਹਰ ਆਪਣੇ ਇੰਸਟਰੂਮੈਂਟ ਰੱਖ ਕੇ ਆਏ, ਇੱਕ ਵਾਰ ਦੇਖਿਆ ਵੀ ਸਾਰੇ ਟਿੱਕ ਗਿਆ ਕੰਮ। ਉਸ ਤੋਂ ਬਾਅਦ ਇਹ ਉੱਪਰ ਚੜ੍ਹ ਕੇ ਇਹਨਾਂ ਨੇ ਨਾਲ ਦੀ ਦੁਕਾਨ ਦੇ ਉੱਤੇ ਜਿਹੜਾ ਜਿਹਨੂੰ ਕਹਿੰਦੇ ਆਪਾਂ ਸਨ ਲਾਈ, ਉਸ ਤੋਂ ਬਾਅਦ ਉੱਤਰ ਕੇ ਇਕੱਲਾ ਜਿਹੜਾ ਗੋਲੂ ਹੀ ਅੰਦਰ ਗਿਆ ਅਤੇ ਇਹਨੇ ਹੀ ਸਾਰੀ ਅੱਗੇ ਕਾਰਵਾਈ ਕੀਤੀ, ਦੂਜਾ ਮੁੰਡਾ ਪਿੱਛੇ ਰਿਹਾ। ਕਿਹੜਾ ਜੀ ਉਹ ਸਮਾਨ ਇੰਪਲੀਮੈਂਟ ਆਪਾਂ ਨੂੰ ਮਿਲੇ ਸੀ ਕੁਛ, ਉਦੋਂ ਮੌਕੇ 'ਤੇ ਵੀ ਕੁਛ ਅਸੀਂ ਬਾਅਦ 'ਚ ਵੀ ਰਿਕਵਰ ਕੀਤੇ ਆ। ਦੇਖੋ ਬਦਰ, ਇਹ ਗੱਲ ਤੁਹਾਨੂੰ ਹੁਣ ਇਮੀਡੀਏਟਲੀ ਆਪਾਂ ਸ਼ੇਅਰ ਵੀ ਕਰਨੀ ਹੁੰਦੀ ਆ, ਤੁਸੀਂ ਮਤਲਬ ਹਰੇਕ ਸਵਾਲ ਦਾ ਜਵਾਬ ਆਪਾਂ ਟਾਈਮ ਸਿਰ ਹੀ ਦੇ ਸਕਦੇ ਹਾਂ। ਮੇਰੀ ਤੁਹਾਨੂੰ ਇਹੀ ਰਿਕੁਐਸਟ ਹੈ ਕਿ ਇੰਨੀ ਜਲਦੀ ਪੁਲਿਸ ਕੋਲ ਜਾਦੂ ਦੀ ਛੜੀ ਨਹੀਂ, ਵੀ ਸਾਰੀਆਂ ਗੱਲਾਂ ਦਾ ਜਵਾਬ ਇਸੇ ਪੀਸੀ 'ਚ ਆ ਜੇ। ਇਹ ਹੁਣ ਸਾਰੀ ਉਹਦੀ ਕੁਛ ਲਿਸਟ ਬਣੀ ਹੋਈ ਹੈ, ਇਨਵੈਂਟਰੀ ਬਣੀ ਹੋਈ ਹੈ। ਜ਼ਿਆਦਾਤਰ ਇਹ ਠੀਕ ਕਰਾਉਣ ਵਾਸਤੇ ਹਥਿਆਰ ਆਏ ਸੀ, ਜੋ ਉਹਨੇ ਕੰਪਲੇਨੈਂਟ ਨੇ ਉਸ ਟਾਈਮ ਦੱਸਿਆ ਸੀ ਚੋਰੀ ਦੇ ਟਾਈਮ 'ਤੇ, ਉਸ ਤੋਂ ਬਾਅਦ ਵੀ ਤਸਦੀਕ ਕਰਦੇ ਰਹੇ ਹਾਂ। ਮੈਂ ਵੀ ਉੱਥੇ ਗਿਆ, ਸਾਰੇ ਸੀਨੀਅਰ